ਤੁਹਾਡਾ ਨਾਮ ਕੀ ਜੀ? ਗੁਰਦਾਰੇ। ਕਿੱਥੋਂ ਦਾ ਰਹਿਣ ਵਾਲੇ ਹੋ? ਮਾਨਸੇਰਾ। ਅੱਛਾ, ਤੁਸੀਂ ਦੱਸੋ ਕਿ ਤੁਹਾਨੂੰ ਕੀ ਮਸਲਾ ਹੋਇਆ ਸੀ ਜਦੋਂ ਤੁਸੀਂ ਕੀਤਾ ਕੁਝ? ਅੱਛਾ, ਕਿੰਨੇ ਅਰਸਾ ਰਹੀ? ਡਾਕਟਰ ਤੋਂ ਵਿਖਾਇਆ? ਹਾਂਜੀ, ਡਾਕਟਰ ਕਹੀਂ ਤੋਂ ਵਿਖਾਇਆ। ਉਸਨੇ ਬੋਲਾ ਹੈ ਕਿ ਆਪ ਤੋਂ ਠੀਕ ਨਹੀਂ ਹੋ ਸਕਤੇ। ਮੈਨੇ ਬੋਲਾ ਹੈ ਕਿ ਸਕਤਾ ਹੂੰ। ਉਸਨੇ ਬੋਲਾ ਹੈ ਕਿ ਨਹੀਂ, ਆਪ ਤੋਂ ਬੈਠ ਵੀ ਨਹੀਂ ਸਕਤੇ। ਡਾਕਟਰ ਫਹੀਮ ਕਿੱਥੋਂ ਦਾ ਹੈਗਾ? ਡਾਕਟਰ ਫਹੀਮ ਨੂਰੀ ਹਸਪਤਾਲ ਤੋਂ ਇੱਥੇ ਇੱਧਰ ਹੈ, ਅਬਦੁੱਲਾ ਕਲੈਨਿਕ ਹੈ ਜੀ ਆਪਣੀ। ਨੂਰੀ ਹਸਪੀਟਲ ਕਿੱਧਰ ਹੈ? ਨੂਰੀ ਹਸਪੀਟਲ ਇਸਲਾਮਾਬਾਦ। ਇਸਲਾਮਾਬਾਦ। ਅੱਛਾ, ਉਹਨਾਂ ਨੇ ਕਿਹਾ ਕਿ ਉਹ ਠੀਕ ਨਹੀਂ ਹੋ ਸਕਦੇ। ਤਾਂ ਫਿਰ ਆਪ ਕਿੱਧਰ ਗਏ? ਫਿਰ ਮੈਂ ਉਸ ਤੋਂ ਬਾਅਦ ਆ ਗਿਆ ਆਪਣੇ ਪਾਸ, ਚਲਾ ਗਿਆ ਕਰਨੌਲ ਮੈਂ। ਅੱਛਾ, ਮੈਂ ਦਮ ਕਰਵਾਏ। ਇਸ ਬਾਅਦ ਮੈਂ 10 ਦਮ ਕਰਵਾਏ ਹੈ। ਉਸਕੇ ਬਾਅਦ ਫਿਰ ਮੇਰੀ ਟੈਕਸੀ ਖੜੀ ਸੀ, ਉਸਕੇ ਆਗੇ ਸੇ ਚਲ ਰਹੇ ਥੇ ਪੀਰ ਸਾਹਿਬ। ਉਨਕੋ ਮੈਨੇ ਬਤਾਇਆ ਤੋ ਪੀਰ ਸਾਹਿਬ ਨੇ ਬੋਲਾ ਹੈ ਕਿ ਆਪ ਚਲ ਫਿਰ ਸਕਤੇ ਹੈ। ਮੈਂ ਤੋ ਬੋਲਾ ਕਿ ਮੈਂ ਬੈਠ ਵੀ ਨਹੀਂ ਸਕਤਾ। ਅੱਛਾ, ਪੀਰ ਸਾਹਿਬ ਨੇ ਬੋਲਾ ਕਿ ਇਨਸ਼ਾਅੱਲਾ ਆਪ ਅਗਲੇ ਹਫਤੇ ਆਏ, ਆਪਕੋ ਇਨਸ਼ਾਅੱਲਾ ਉਤਰਾਉਂਗਾ। ਫਿਰ ਮੈਂ ਅਗਲੇ ਹਫਤੇ ਜੋ ਗਿਆ, ਗਿਆਰਵਾਂ ਦਮ ਥਾ ਮੇਰਾ। ਉਸਮੇ ਮੈਨੇ ਪੁੱਛਾ, ਫਿਰ ਉਹਨਾਂ ਨੇ ਮੇਰੇ ਮੋਢੇ ਖੜਾ ਕੀਆ ਹੈ, ਉਸਕੇ ਬਾਅਦ ਮੋਢੇ ਬਿਠਾ ਲਿਆ ਹੈ, ਆਪਕੀ ਦੋਨੋਂ ਟਾਂਗੋ ਮੈਂ ਖੜਾ ਨਹੀਂ ਹੈ। ਅੱਛਾ, ਮੈਂ ਬੈਠ ਗਿਆ। ਇਨਸ਼ਾਅੱਲਾ ਬਾਰਵਾਂ ਜੋ ਦਮ ਹੈ ਉਸਮੇ ਹਾਂ, ਮੈਂ ਵਾਪਸ ਆ ਚੁਕੇ ਸਾਥ ਚਲਾ ਗਿਆ। ਠੀਕ, ਉਨੀਸ ਹਫਤੇ, ਚੌਵੀਸ ਹਫਤੇ ਤੋਂ ਮੈਂ ਨੌਕਰੀ ਨਹੀਂ ਗਿਆ, ਬਹੁਤ ਘੱਟ ਹੋ ਗਿਆ। ਉਸਕੇ ਬਾਅਦ ਫਿਰ ਜੋ ਹੈ ਕਿ ਮੈਂ ਇੱਧਰ ਆ ਗਿਆ। ਤਕਰੀਬਨ ਸਾਤ ਅੱਠ ਮਾਹ ਹੋ ਗਏ। ਸਾਤ ਅੱਠ ਮਾਹ ਤੋਂ ਹਰ ਦਫਾ ਲੋਕ ਇਸ ਤਰ੍ਹਾਂ ਹੀ ਆਤੇ ਜੋ ਜ਼ਿਆਦਾ ਇਸ ਲੋਕ ਕਿਆ ਠੀਕ ਹੋ ਰਹੇ ਹੈ? ਕਿਆ ਇਧਰ ਠੀਕ ਹੋ ਰਹੇ? ਚਲ ਕੇ ਦਿਖਾ ਆਪਾਂ ਜਰਾ ਚੱਲ ਕੇ ਦਿਖਾਈਏ।